ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਆਈ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਅੱਜ ਸੰਘ ਢੀਸੀਆਂ ਵਿਖੇ ਚੋਣ ਜਲਸਾ ਕੀਤਾ ਗਿਆ। ਪਿੰਡ ਸੰਘ ਢੀਸੀਆਂ ਵਿਖੇ ਪਹੁੰਚਣ ਤੇ ਚੌਧਰੀ ਸੰਤੋਖ ਸਿੰਘ ਅਤੇ ਵਿਕਰਮਜੀਤ ਸਿੰਘ ਚੌਧਰੀ ਦਾ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਪਿਛਲੀ ਭਾਜਪਾ ਸਰਕਾਰ ਨੇ ਹਰੇਕ ਵਰਗ ਨਾਲ ਧੋਖਾ ਕੀਤਾ ਹੈ। ਜੋ ਵੋਟਾਂ ਸਮੇਂ ਵੋਟਰਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਸਰੂਪ ਸਿੰਘ ਢੇਸੀ ਨੇ ਵਿਸ਼ਵਾਸ ਦਵਾਇਆ ਕਿ ਉਹ ਚੌਧਰੀ ਸੰਤੋਖ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਉਣਗੇ। ਇਸ ਮੌਕੇ ਸਰੂਪ ਸਿੰਘ ਢੇਸੀ, ਰਾਕੇਸ਼ ਦੁੱਗਲ ਬਲਾਕ ਪ੍ਰਧਾਨ, ਦਾਰਾ ਸਿੰਘ ਰਾਏ ਸਰਪੰਚ, ਜਗਜੀਤ ਸਿੰਘ, ਜਗਤਾਰ ਸਿੰਘ ਪੰਚ, ਜਸਪਾਲ ਸਿੰਘ ਪੰਚ, ਮਹਿੰਦਰ ਚੰਦ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ। ਅੱਜ ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਸੰਘ ਢੇਸੀਆਂ ਵਿੱਚ ਅੱਜ ਕਾਂਗਰਸ ਪਾਰਟੀ ਦੀ ਕੰਪੇਨ ਹੋ ਰਹੀ ਹੈ ਔਰ ਪਿੰਡ ਵਿੱਚ ਬਹੁਤ ਵੱਡਾ ਅੱਜ ਕਾਂਗਰਸ ਦੀ ਭਰਵੀਂ ਮੀਟਿੰਗ ਹੋਈ ਹੈ ਜਿਸ ਭਾਰੀ ਗਿਣਤੀ ਵਿੱਚ ਜਿਹੜੇ ਵੋਟਰ ਹੈ ਭੈਣਾਂ ਭਰਾ ਉਹ ਆਏ ਹੈ ਔਰ ਇਹਨਾਂ 'ਚ ਬੜਾ ਜੋਸ਼ ਹੈ ਔਰ ਇਹਨਾਂ ਨੇ ਸਵਾਸ਼ਨ ਦਿੱਤਾ ਕਿ ਮੋਦੀ ਦੀ ਸਰਕਾਰ ਬਦਲਣਾ ਚਾਹੁੰਦੇ ਕਿਉਂਕਿ ਮੋਦੀ ਦੀ ਸਰਕਾਰ ਵੇਲੇ ਬਹੁਤ ਜਿਹੜੇ ਲੋਕ ਵਿਰੋਧੀ ਜਿਹੜੇ ਫੈਸਲੇ ਹੋਏ ਹੈ ਉਸ ਦੇ ਨਾਲ ਸਾਰਿਆਂ ਦਾ, ਕਿਸਾਨਾਂ ਦਾ, ਦਲਿਤਾਂ ਦਾ, ਕਾਰੋਬਾਰੀਆਂ ਦਾ ਬਹੁਤ ਭਾਰਾ ਨੁਕਸਾਨ ਹੋਇਆ। ਸੋ ਇਸ ਕਰਕੇ ਇਸ ਪਿੰਡ ਦਾ ਬੱਚਾ ਜਿਹੜਾ ਔਰ ਨਾਲ ਦੇ ਵੀ ਸਾਥੀ ਆਏ, ਪੰਚਾਇਤਾਂ ਆਈਆਂ, ਉਹ ਕਾਂਗਰਸ ਪਾਰਟੀ ਦੀ ਮੁੜ ਕੇ ਸਰਕਾਰ ਬਣਾਉਣਾ ਚਾਹੁੰਦੇ ਸੈਂਟਰ ਵਿੱਚ ਤਾਂ ਕਿ ਦੇਸ਼ ਅੱਗੇ ਵਧੇ ਔਰ ਇਹਨਾਂ ਦੇ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਹੋਵੇ। ਅੱਜ ਸਾਡੇ ਪਿੰਡ ਸੰਘ ਢੇਸੀਆਂ ਚੌਧਰੀ ਸੰਤੋਖ ਸਿੰਘ ਜੀ ਅਤੇ ਨਾਲ ਵਿਕਰਮ ਸਿੰਘ ਜੀ ਚੌਧਰੀ ਆਏ ਆ। ਸਾਰੇ ਪਿੰਡਾਂ ਨੇ, ਇਲਾਕੇ ਨੇ ਉਹਨੂੰ ਭਰਵਾਂ ਕਰ ਦਿੱਤਾ। ਸਾਡੇ ਪਿੰਡੋਂ ਵੀ ਤਾਂ ਇਲਾਕੇ 'ਚੋਂ ਵੀ ਚੌਧਰੀ ਸਾਹਿਬ ਵੱਧ ਤੋਂ ਵੱਧ ਵੋਟਾਂ ਲੈ ਕੇ ਜਿੱਤਣਗੇ ਅਤੇ ਮੋਦੀ ਸਰਕਾਰ ਨੂੰ ਚੱਲਦਾ ਕਰਨ ਲਈ ਲੋਕ ਤਤਪਰ ਬੈਠੇ ਆ ਅਤੇ ਨਾਲੇ ਬਾਦਲ ਸਾਹਿਬ ਦੀਆਂ ਮਾੜੀਆਂ ਨੀਤੀਆਂ ਤੋਂ ਲੋਕ ਅੱਕੇ ਪਏ ਆ। ਇਸ ਲਈ ਸੈਂਟਰ 'ਚੋਂ ਵੀ ਅਤੇ ਪੰਜਾਬ 'ਚੋਂ ਵੀ ਅਤੇ ਬਾਦਲ ਦਾ ਅਤੇ ਮੋਦੀ ਦਾ ਰਾਜ ਖਤਮ ਕਰਨ ਲਈ ਲੋਕ ਤਤਪਰ ਆ। ਅਸੀਂ ਸਾਰਿਆਂ ਨੂੰ ਗਾਹਾਂ ਵੀ ਅਪੀਲ ਕਰਦੇ ਹਾਂ ਕਿ ਦੋਈ ਮਾਰੂ ਜਿਹੜੇ ਪੰਜਾਬ ਮਾਰੂ ਸਮਝੌਤੇ, ਦੇਸ਼ ਮਾਰੂ ਸਮਝੌਤੇ, ਇਹਨਾਂ ਦੋਨਾਂ ਦੇ ਜ਼ਿੰਮੇਵਾਰ ਮੋਦੀ ਤਾਂ ਬਾਦਲ ਆ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਇੱਕ ਇੱਕ ਵੋਟ ਕਾਂਗਰਸ ਨੂੰ ਪਾ ਕੇ ਇਹਨਾਂ ਨੂੰ ਭਾਜ ਦਿੱਤੀ ਜਾਵੇ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।